ਅਸਲਾਮੁਅਲੈਕਮ ਦੋਸਤੋ, ਮੈਂ ਆਪਣਾ ਮੇਜ਼ਬਾਨ ਰਜਬਲੀ, ਤੁਸੀਂ ਦੇਖਦੇ ਪਏ ਹੋ ਨੀਲੀ ਪੰਜਾਬ ਟੀਵੀ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਾਨ ਦਬਾਓ ਬਹੁਤ ਤੱਕ ਸਾਡੀ ਨਵੀਂ ਆਉਣ ਵਾਲੀ ਵੀਡੀਓ ਮੇਰੇ ਦੋਸਤਾਂ ਮੇਰੇ ਤੱਕ ਪਹੁੰਚ ਸਕੇ। ਦੋਸਤਾਂ ਵਾਸਤੇ ਮਾਸ਼ਾਅੱਲਾ ਜੀ ਇੱਕ ਬੜੀ ਖੂਬਸੂਰਤ ਗਾਂ ਦੀ ਵੀਡੀਓ ਲੈ ਕੇ ਆ ਰਹੇ ਹਾਂ ਦੋਸਤੋ। ਵੀਡੀਓ ਪਸੰਦ ਆਵੇ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਔਰ ਆਪਣੇ ਕਮੈਂਟ ਤੋਂ ਜ਼ਰੂਰ ਕਰਨਾ। ਲੋਕੇਸ਼ਨ ਤਹਿਸੀਲ ਆਰਾਫਾਲਾ ਜ਼ਿਲ੍ਹਾ ਪਾਕਪਤਨੇ। ਕੈਮਰਾਮੈਨ ਸਾਹਿਬ ਗਾਂ ਦਿਖਾਉਣਗੇ, ਉਸ ਤੋਂ ਬਾਅਦ ਜਨਾਬ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਮਾਲਕਾਂ ਦੇ ਨਾਲ। ਲਾਈਵ ਚਵਾਈ ਜਨਾਬ ਵੀਡੀਓ ਦੇ ਵਿੱਚ ਕਰਵਾਈ ਜਾਵੇਗੀ। ਇਹ ਦੂਸਰਾ ਸੂਬਾ ਜਾਂ ਤੀਸਰਾ, ਜੋ ਵੀ ਗੱਲਬਾਤ ਹੈ ਸਾਰੀ ਮਾਲਕਾਂ ਕੋਲੋਂ ਪੁੱਛੀ ਜਾਵੇਗੀ। ਲੈਣੇ ਦੇਣੇ ਨਸੀਬ ਨੇ। ਜਾਨਵਰ ਮਾਸ਼ਾਅੱਲਾ ਬੜਾ ਖੂਬਸੂਰਤ ਔਰ ਬੜਾ ਹੀ ਲਾਜਵਾਬ ਹੈ। ਕੈਮਰੇ ਦੀ ਨਜ਼ਰ 'ਚ ਮੇਰੇ ਵੀਰਾਂ ਨੂੰ ਆਪਾਂ ਹਰ ਇੱਕ ਚੀਜ਼ ਦੀ ਤਸੱਲੀ ਕਰਵਾ ਦੇਣੀ ਹੈ। ਉਸ ਤੋਂ ਬਾਅਦ ਜਨਾਬ ਲਾਈਵ ਚਵਾਈ ਕਰਵਾਈ ਜਾਵੇਗੀ ਔਰ ਸਾਰੀ ਗੱਲਬਾਤ ਮਾਲਕਾਂ ਕੋਲੋਂ ਪੁੱਛੀ ਜਾਵੇਗੀ। ਇੱਕ ਨਵਾਂ ਸੁਬਾ ਸੂਈਏ ਔਰ ਹਰ ਇੱਕ ਚੀਜ਼ ਮੇਰੇ ਵੀਰਾਂ ਦੇ ਸਾਹਮਣੇ ਤਸੱਲੀ ਮੇਰੇ ਵੀਰਾਂ ਨੂੰ ਕੈਮਰੇ ਦੀ ਨਜ਼ਰ 'ਚ ਆਪਾਂ ਕਰਵਾਉਣੀ ਹੈ। ਔਰ ਮਾਸ਼ਾਅੱਲਾ ਬੜਾ ਖੂਬਸੂਰਤ ਹਵਾਨਾ ਹੈ ਔਰ ਜਾਨਵਰ ਮਾਸ਼ਾਅੱਲਾ ਬੜਾ ਲਾਜਵਾਬ ਹੈ ਔਰ ਬਰੀਕ ਗਾਂ ਹੈ, ਮੋਟੇ ਚੰਮ ਦੀ ਨਹੀਂ, ਦੀ ਦੁੱਧ ਵਾਲੀ ਹੈ ਮਾਸ਼ਾਅੱਲਾ। ਔਰ ਜਨਾਬ ਜਿਹੜੀ ਨਜ਼ਰ ਆਉਂਦੀ ਪਈ ਮੇਰੇ ਵੀਰਾਂ ਨੂੰ ਕਿ ਥੋੜ੍ਹੀ ਜਿਹੀ ਕਮਜ਼ੋਰੀ ਹੈ, ਕਮਜ਼ੋਰੀ ਨਹੀਂ ਹੈਗੀ, ਇਹ ਜਨਾਬ ਗਾਂ ਸੁੰਦਿਆਂ ਤੱਕ ਮਿਲਦੀ ਹੈ। ਇਹ ਵਿੱਚੋਂ ਜਨਾਬ ਰਹਾਮਣਾ ਨਹੀਂ ਦਿੰਦੀ। ਜਿਹੜਾ ਮੇਰਾ ਵੀਰ ਲੈ ਜਾਏਗਾ ਇਨਸ਼ਾਅੱਲਾ ਉਹਨੂੰ ਕਿਸੇ ਦਿਨ ਵੀ ਛੁੱਟੀ ਨਹੀਂ ਹੋਵੇਗੀ ਦੁੱਧ ਤੋਂ। ਅੱਲਾ ਦੇ ਹੁਕਮ ਨਾਲ ਇਹ ਜਨਾਬ ਪੂਰਾ ਸਾਲ ਦੁੱਧ ਦਿੰਦੀ ਰਹਿੰਦੀ ਹੈ। ਬੜੀ ਨਸਲ ਜ਼ਾਤ ਵਾਲੀ ਗਾਂ ਹੈ ਔਰ ਤਾਜ਼ੀ ਸੂਈ ਹੋਈ ਹੈ ਦੋ ਚਾਰ ਦਿਨ ਦੀ। ਭਾਈ ਅਮਰ ਮਾੜਾ ਅੱਜ ਇੱਧਰ ਟੋਰੇ ਨਾ, ਟੋਰ ਕੇ ਬੰਨ ਕੇ ਬੱਚਾ ਲਾ ਲਓ ਦੋਸਤੋ, ਮਾੜੀ ਜਿਹੀ ਟੋਰ ਫਿਰ ਕੇ ਦਿਖਾ ਦਿੰਦੇ ਹਾਂ। ਉਸ ਤੋਂ ਬਾਅਦ ਜਨਾਬ ਲਾਈਵ ਚ ਬਾਈ ਆਪਾਂ ਕੈਮਰੇ ਦੀ ਨਜ਼ਰ 'ਚ ਕਰਵਾ ਲੈਣੀ ਹੈ। ਮੇਰੇ ਦੋਸਤਾਂ ਵੀਰਾਂ ਨੂੰ ਜਨਾਬ ਇੱਕ ਸੂਸੀ ਰਿਕੁਐਸਟ ਹੈ ਕਿ ਵੀਡੀਓ ਨੂੰ ਐਂਡ ਤੱਕ ਦੇਖਣਾ, ਤਸੱਲੀ ਕਰਨੀ ਹੈ ਔਰ ਮਾਸ਼ਾਅੱਲਾ ਦੇ ਕਮੈਂਟਸ ਕਰਨੇ ਨੇ। ਲੈਣੇ ਦੇਣੇ ਨਸੀਬ ਨੇ। ਮਹਾਰਾਜ ਟੋਰਨਾ ਦੋਸਤੋ, ਟੋਰ ਫਿਰ ਕੇ ਮੇਰੇ ਵੀਰਾਂ ਨੂੰ ਦਿਖਾ ਦਿੰਦੇ ਹਾਂ। ਉਸ ਤੋਂ ਬਾਅਦ ਜਨਾਬ ਲਾਈਵ ਚ ਬਾਈ ਆਪਾਂ ਕੈਮਰੇ ਦੀ ਨਜ਼ਰ 'ਚ ਕਰਵਾ ਲੈਣੀ ਹੈ। ਮੇਰੇ ਦੋਸਤਾਂ ਵੀਰਾਂ ਨੂੰ ਜਨਾਬ ਰਿਕੁਐਸਟ ਹੈ ਇੱਕ ਵੀਡੀਓ ਨੂੰ ਐਂਡ ਤੱਕ ਦੇਖ ਕੇ ਤਸੱਲੀ ਕਰਕੇ ਮਾਸ਼ਾਅੱਲਾ ਦੇ ਕਮੈਂਟ ਕਰਨੇ ਨੇ। ਮੇਰੇ ਵੀਰਾਂ ਦੇ ਸਾਹਮਣੇ ਹੈਗੀ ਹੈ ਸਾਰੀਆਂ ਤਸੱਲੀਆਂ ਮੇਰੇ ਵੀਰਾਂ ਨੇ ਕੈਮਰੇ ਦੀ ਨਜ਼ਰ 'ਚ ਕਰਨੀਆਂ ਨੇ। ਲਾਓ ਜਨਾਬ ਬੱਚਾ ਦੇ ਥੱਲੇ ਮਾਸ਼ਾਅੱਲਾ ਜੀ, ਇਸ ਜਾਨਵਰ ਪੂਰਾ ਤਸੱਲੀ ਵਾਲਾ ਔਰ ਹਰ ਇੱਕ ਚੀਜ਼ ਮੇਰੇ ਵੀਰਾਂ ਦੇ ਸਾਹਮਣੇ। ਫਿਰ ਜੀ ਵਾਂਗ ਲਾਓ ਇਹਨੂੰ। ਜਾਨਵਰ ਮਾਸ਼ਾਅੱਲਾ ਪੂਰਾ ਤਸੱਲੀ ਵਾਲਾ ਔਰ ਨਸਲ ਜ਼ਾਤ ਵਾਲਾ, ਹਰ ਇੱਕ ਚੀਜ਼ ਦੀ ਤਸੱਲੀ ਮੇਰੇ ਵੀਰਾਂ ਨੇ ਕੈਮਰੇ ਦੀ ਨਜ਼ਰ 'ਚ ਕਰਨੀ ਹੈ। ਉਸ ਪਾਸੇ ਬਹਿ ਜਾਂਗੇ ਨਾ ਫਿਰ। ਲਓ ਦੋਸਤੋ, ਹਰ ਇੱਕ ਚੀਜ਼ ਮੇਰੇ ਵੀਰਾਂ ਦੇ ਸਾਹਮਣੇ ਲਾਈਵ ਚਵਾਈ ਕੈਮਰੇ ਦੀ ਨਜ਼ਰ 'ਚ ਕਰਵਾਉਣੀ ਹੈ। ਔਰ ਮਾਸ਼ਾਅੱਲਾ ਸਾਫ਼ ਸੁਥਰਾ ਜਾਨਵਰ ਹੈ। ਬਾਕੀ ਸੂਬਾ ਜਿਹੜਾ ਉਹ ਸਾਰਾ ਮਾਲਕਾਂ ਕੋਲੋਂ ਪੁੱਛਿਆ ਜਾਵੇਗਾ। ਐ ਚੈੱਕ ਕਰੋ ਮਾਸ਼ਾਅੱਲਾ, ਬਿਲਕੁਲ ਪੋਲੀ ਧਾਰ ਹੈ ਔਰ ਹਵਾਨਾ ਆਪਣੇ ਸਾਹਮਣੇ। ਇਹ ਮੇਰੇ ਵੀਰਾਂ ਨੂੰ ਪਤਾ ਹੈ ਕਿ ਇਸ ਤਰ੍ਹਾਂ ਦੇ ਹਵਾਨੇ ਵਾਲਾ ਜਾਨਵਰ ਜਿਹੜਾ ਦੁੱਧ ਵਾਲਾ ਹੁੰਦਾ ਔਰ ਬਰੀਕ ਗਾਂ ਹੈ, ਮੋਟੇ ਚਾਮ ਵਾਲੀ ਨਹੀਂ ਹੈਗੀ ਕਿ ਦੁੱਧ ਨਾ ਦੇਵੇਗੀ ਔਰ ਨਸਲ ਜ਼ਾਤ ਪੂਰੀ ਹੈ।
ਮਾਸ਼ਾਅੱਲਾ ਜੀ ਧਾਰ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਟੂਟੀ ਖੋਲ ਦਿੰਦੇ ਹਾਂ ਮਾਸ਼ਾਅੱਲਾ ਇੰਨੀ ਮੋਟੀ ਧਾਰ ਮੈਂ ਪਕੜਾਵਾਂ ਕਰਦੇ ਨਾ ਬਾਲਟੀ ਗੜੀ ਵੀ ਤਾਂ ਕੱਢ ਲੈਂਦੇ ਕੋਈ ਠੀਕ ਹੈ ਖਾਲੀ ਹੈ ਬਾਕੀ ਠੀਕ ਆ ਚੱਲ ਮਾਸ਼ਾਅੱਲਾ ਜੀ ਸਾਰੀ ਤਸੱਲੀ ਮੇਰੇ ਵੀਰਾਂ ਨੂੰ ਕੈਮਰੇ ਦੀ ਨਜ਼ਰ 'ਚ ਕਰਵਾਈ ਜਾਣੀ ਹੈ ਜਾਨਵਰ ਆਪਣੇ ਸਾਹਮਣੇ ਲਾਈਵ ਚਵਾਈ ਹੋਵੇਗੀ ਇਨਸ਼ਾਅੱਲਾ ਜਾਨਵਰ ਦੀ ਪੂਰੀ ਤਸੱਲੀ ਹੋਵੇਗੀ ਔਰ ਮਾਸ਼ਾਅੱਲਾ ਦੁੱਧ ਵਾਲਾ ਜਾਨਵਰ ਹੈ ਬੱਚਨ ਛੱਡਦੇ ਯਾਰ ਦੂਸਰੀ ਬਾਲਟੀ 'ਚ ਪਾ ਲੈ ਯਾਰ ਉਹਨਾਂ ਨੇ ਗਈਆਂ ਨੇ ਪਾ ਲੈ ਬਰਤਨ ਦੂਸਰੀ 'ਚ ਪਾ ਦੇ ਪਲਟ ਦੇ ਵਿੱਚ ਪਲਟਦੇ ਵਿੱਚ ਠੀਕ ਹੋ ਗਿਆ ਬੱਚਨ ਛੱਡਣਾ ਕਿ ਚੋਣਾ ਮਾਸ਼ਾਅੱਲਾ ਦੁੱਧ ਵਾਹ ਵੱਖਰਾ ਹੈ ਛੱਡਦੇ ਬੱਚਨ ਛੱਡਦੇ ਲਓ ਜੀ ਦੋਸਤੋ ਇਹਨੂੰ ਭਾਈਜਾਨ ਮਾੜਾ ਜਿਹਾ ਆਸੇ ਪਾਸੇ ਫੋਰੋ ਨਾਲ ਮਾੜੀ ਜੀ ਝੱਗ ਮੱਠੀ ਕਰੋ ਅਤੇ ਇਹਨੂੰ ਮੀਣੋ ਦੁੱਧ ਨੂੰ ਉਹਦੇ ਵਿੱਚ ਮੀਣ ਦੇ ਲਓ ਜੀ ਮਾਸ਼ਾਅੱਲਾ ਜੀ ਇਹ ਇੱਕ ਔਰ ਮਾਸ਼ਾਅੱਲਾ ਇਹ ਸੋਨੇ ਰੰਗੀ ਗਾਂ ਹੈ ਇਹ ਜੀ ਦੋ ਜੀ ਮਾਸ਼ਾਅੱਲਾ ਤਿੰਨ
ਮਾਸ਼ਾਅੱਲਾ ਜੀ 4 ਬਾਲਟੀ ਚਲੇ ਰੱਖੀ, ਬਾਲਟੀ ਚ ਪਾ ਲੈ ਤੇ ਤੈਨੂੰ ਮਿਲੀ ਜਾਣਾ। ਇਹਦੇ ਜੀ ਮਿਲ ਲੈ ਬਾਟੀ ਜੀ, ਇਹ ਜੀ 5 ਔਰ ਇਹ ਮਾਸ਼ਾਅੱਲਾ 6 ਔਰ ਇਹ ਜੀ 7 ਔਰ ਇਹ ਜਨਾਬ 8 ਔਰ ਇਹ ਹੋ ਗਈਆਂ ਜਨਾਬ 9 ਇਹ ਜੀ 10 13 ਗੜਵੀਆਂ ਉਮੀਦ ਕਰਾਂਗੇ ਕਿ ਅੱਜ ਵਾਲੀ ਵੀਡੀਓ ਮੇਰੇ ਦੋਸਤਾਂ ਵੀਰਾਂ ਨੂੰ ਪਸੰਦ ਆਵੇਗੀ। ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਨਿਗਵਾਨ, ਪਾਕਿਸਤਾਨ ਜ਼ਿੰਦਾਬਾਦ।